ਹਰਜੀਤ ਸਿੰਘ ਗਰੇਵਾਲ ਬੀਜੇਪੀ ਦੇ ਸੀਨੀਅਰ ਲੀਡਰ ਨੇ ਉਹ ਸਾਡੇ ਨਾਲ ਨੇ ਅੱਜ ਐਜੀਪੀਸੀ ਦੇ ਜਿਹੜੇ ਪ੍ਰਧਾਨ ਨੇ ਅਰਜਿੰਦਰ ਸਿੰਘ ਦਾਮੀ ਉਹਨਾਂ ਦੇ ਖਿਲਾਫ ਅੱਜ ਕਾਫੀ ਨਿਸ਼ਾਨਾ ਸਾਧਦੇ ਨਜ਼ਰ ਆਏ ਗਰੇਵਾਲ ਸਾਹਿਬ ਕਿਉਂਕਿ ਤੁਸੀਂ ਅੱਜ ਜਿਹੜੇ ਐਜੀਪੀਸੀ ਦੇ ਪ੍ਰਧਾਨ ਨੇ ਉਹਨਾਂ ਖਿਲਾਫ ਕਾਫੀ ਚੀਜ਼ਾਂ ਦੱਸੀਆਂ ਰੀਜ਼ਨ ਕੀ ਰਿਹਾ ਹਾਲਾਂਕਿ ਸ਼ਾਮਿਲ ਹੋਏ ਹੈ ਜਿਹੜੇ ਦਿੱਲੀ ਸ਼ਾਮਿਲ ਹੋਏ ਹੈ ਉਹਨਾਂ ਨੂੰ ਲੈ ਕੇ ਤੁਸੀਂ ਕਿਹਾ ਕਿ ਧਾਮੀ ਜੀ ਨੂੰ ਪ੍ਰੋਬਲਮ ਕੀ ਹੈ ਰੀਜ਼ਨ ਕੀ ਹੈ ਦੇਖੋ ਉਹ ਸਾਡੇ ਸ਼ਾਮਿਲ ਹੋਏ ਕਾਂਗਰਸ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਕਰਦੀ ਆ ਕਮਿਊਨਿਸਟ ਜਿਹੜੇ ਧਰਮ ਨੂੰ ਅਫੀਮ ਦੱਸਦੇ ਆ ਉਹਨਾਂ ਨਾਲ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਉੱਥੇ ਕੋਈ ਸਿੱਖ ਚਲਿਆ ਜਾਵੇ ਉਹਦੇ ਨਾਲ ਗਠਬੰਧਨ ਵੀ ਕਰਨ ਨੂੰ ਤਿਆਰ ਹੋ ਜਾਂਦੇ ਆ ਕਮਿਊਨਿਸਟਾਂ ਨਾਲ ਤਾਂ ਕਈ ਵਾਰ ਕੀਤਾ ਔਰ ਜੇ ਭਾਜਪਾ 'ਚ ਕੋਈ ਆ ਗਿਆ ਤੇ ਉਹਨਾਂ ਨੂੰ ਇਤਰਾਜ਼ ਹੋ ਗਿਆ ਸਿੱਖ ਆ ਗਿਆ ਕਿਉਂ ਆ ਗਿਆ ਭਾਜਪਾ ਸਿੱਖਾਂ ਦੀ ਦੁਸ਼ਮਣ ਸਭ ਤੋਂ ਜ਼ਿਆਦਾ ਸਾਡੇ ਪ੍ਰਧਾਨ ਮੰਤਰੀ ਨੇ ਕੀਤਾ ਸਿੱਖਾਂ ਦੇ ਲਈ ਔਰ ਜੋ ਉਹਨਾਂ ਨੇ ਕੀਤਾ ਅੱਜ ਤੱਕ ਸਿੱਖ ਪ੍ਰਧਾਨ ਮੰਤਰੀ ਸਿੱਖ ਰਾਸ਼ਟਰਪਤੀ ਰਿਹਾ ਉਸਨੇ ਵੀ ਨਹੀਂ ਕੀਤਾ ਮਨਮੋਹਨ ਸਿੰਘ ਜੀ ਨੇ ਔਰ 84 ਦੀ ਨਸਲਕੁਸ਼ੀ ਦੀ ਸਜ਼ਾ ਆ ਕੇ ਮੋਦੀ ਜੀ ਨੇ ਦਬਾਉਣੀ ਸ਼ੁਰੂ ਕੀਤੀ ਹੈ ਔਰ ਇਸੇ ਤਰ੍ਹਾਂ ਜਿਹੜਾ GST ਹਟਾਉਣਾ ਦਰਬਾਰ ਸਾਹਿਬ ਦੇ ਰਾਸ਼ਨ ਤੇ ਔਰ ਜਿਹੜਾ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਪੂਰੀ ਦੁਨੀਆ 'ਚ ਮਨਾਉਣਾ ਔਰ ਇਸੇ ਤਰ੍ਹਾਂ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਕਿਸੇ ਧਾਰਮਿਕ ਮੁਖੀ ਦਾ ਜਿਹੜਾ ਦਿਨ ਆ ਉਹ ਸਰਕਾਰੀ ਤੌਰ 'ਤੇ ਨਹੀਂ ਮਨਾਇਆ ਗਿਆ ਭਾਰਤ 'ਚ ਪਹਿਲੀ ਵਾਰ ਆ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਤੇਗ ਬਹਾਦਰ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਦਿਨ ਮਨਾਏ ਗਏ ਔਰ ਸਰਕਾਰੀ ਤੌਰ 'ਤੇ ਮਨਾਏ ਗਏ ਭਾਰਤ ਸਰਕਾਰ ਦੇ ਸਾਰੇ ਸਫਾਰਤਖਾਨਿਆਂ 'ਚ ਮਨਾਏ ਗਏ ਅੰਬੈਸੀਜ਼ 'ਚ ਅਤੇ ਇਹ ਉਹ ਉਹਦੀ ਪ੍ਰਸ਼ੰਸਾ ਨਹੀਂ ਕਰਨਗੇ ਉਹਦੀ ਗੱਲ ਨਹੀਂ ਕਰਨਗੇ ਇਹ ਗੱਲ ਕਰਦੇ ਆ ਸਾਡੇ ਖਿਲਾਫ ਜਿਹੜੀ 312 ਲੋਕਾਂ ਦੀ ਕਾਲੀ ਸੂਚੀ 314 ਦੀ ਸੀ 312 ਦੀ ਕਾਲੀ ਸੂਚੀ ਬਿਨਾਂ ਮੰਗੇ ਤੋਂ ਉਹਨਾਂ ਨੇ ਖਤਮ ਕਰਤੀ ਤੁਸੀਂ ਸਾਡੇ ਨਾਲ ਸਰਕਾਰ 'ਚ ਰਹੇ ਹੋ ਇੱਕ ਵਾਰ ਵੀ ਹਰਸਿਮਰਤ ਨੇ ਮੰਗ ਨਹੀਂ ਕੀਤੀ ਬੀਬਾ ਜੀ ਨੇ ਇੱਕ ਵਾਰ ਵੀ ਸੁਖਬੀਰ ਬਾਦਲ ਨੇ ਮੰਗ ਨਹੀਂ ਕੀਤੀ ਅਤੇ ਤੁਸੀਂ ਜਦੋਂ ਬਿਨਾਂ ਮੰਗੇ ਤੋਂ ਖਤਮ ਕਰਤੀ 36-37 ਸਾਲਾਂ ਤੋਂ ਲੋਕ ਘਰਾਂ 'ਚ ਆਏ ਤਾਂ ਤੁਸੀਂ ਉਹਦਾ ਪ੍ਰਸ਼ੰਸਾ ਨਹੀਂ ਕਰੋਗੇ ਤੁਸੀਂ ਨਿੰਦਾ ਪ੍ਰਸਤਾਵ ਪਾਰਿਤ ਕਰੋਗੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈ ਅੱਜ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਕਾਂਗਰਸ ਨੇ 4 ਸੀਟਾਂ ਦਾ ਐਲਾਨ ਕੀਤਾ ਰਾਜਾ ਵੜਿੰਗ ਲੁਧਿਆਣਾ ਅਨੰਦਪੁਰ ਸਾਹਿਬ ਗੁਰਦਾਸਪੁਰ ਕਿਸ ਤਰ੍ਹਾਂ ਵੇਖਦੇ ਹੋ ਰੰਧਾਵਾ ਜੀ ਲੜ ਰਹੇ ਗੁਰਦਾਸਪੁਰ ਤੋਂ ਅਨੰਦਪੁਰ ਸਾਹਿਬ ਤੋਂ ਇਹ ਦੇਖੋ ਜੀ ਕਾਂਗਰਸ 'ਚ ਲੀਡਰਸ਼ਿਪ ਕ੍ਰਾਈਸਿਸ ਦਾ ਵਿਜੇ ਇੰਦਰ ਸਿੰਗਲਾ ਨੂੰ ਉੱਥੋਂ ਸੰਗਰੂਰ ਤੋਂ ਲੋਕਾਂ ਨੇ ਹਰਾਤਾ ਔਰ ਉਹ ਜਿੱਥੋਂ ਦਾ ਸੀ ਉੱਥੇ ਨਹੀਂ ਇਹ ਅਨੰਦਪੁਰ ਸਾਹਿਬ ਦੇ ਵਰਕਰਾਂ ਦਾ ਅਪਮਾਨ ਆ ਕਾਂਗਰਸੀਆਂ ਦਾ ਬਾਹਰੋਂ ਲਿਆ ਕੇ ਉੱਥੇ ਦੇਤਾ ਠੀਕ ਹੈ ਇਸੇ ਤਰ੍ਹਾਂ ਰਾਜਾ ਵੜਿੰਗ ਰਹਿਣ ਵਾਲਾ ਕਿੱਥੋਂ ਦਾ ਅਤੇ ਕਿੱਥੇ ਉੱਥੇ ਸੇਵਾ ਨਹੀਂ ਉਹ ਤੋਂ ਕੀਤੀ ਜਾਂਦੀ ਉਹ ਆ ਕੇ ਕਹਿੰਦਾ ਜੀ ਮੈਂ ਤਾਂ ਲੁਧਿਆਣੇ ਦੀ ਸੇਵਾ ਕਰਨੀ ਆ ਉੱਥੋਂ ਦੇ ਵਰਕਰਾਂ ਦਾ ਅਪਮਾਨ ਆ ਪ੍ਰਧਾਨ ਵੀ ਤੂੰ ਆ ਤੇ ਟਿਕਟ ਵੀ ਤੈਨੂੰ ਮਿਲ ਜੇ ਭਰਾਵਾ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਲੀਡਰਸ਼ਿਪ ਕ੍ਰਾਈਸਿਸ ਆ ਨਾ ਕਾਂਗਰਸ 'ਚ ਖਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਮਿਲੇ ਚਲੋ ਵਧੀਆ ਮਿਲ ਗਿਆ ਤਾਂ ਚੰਗਾ ਕਿਸ ਤਰ੍ਹਾਂ ਵੇਖਦੇ ਹੋ ਫਾਈਟ ਪੂਰੀ ਫਾਈਟ ਹੈ ਦੇਖੋ ਸਾਡੇ ਨਾਲ ਇਹਨਾਂ ਦੀ ਕੋਈ ਫਾਈਟ ਨਹੀਂ ਹੈ ਕਾਂਗਰਸ ਦੀ ਫਾਈਟ ਕਿਹਦੇ ਨਾਲ ਸਾਡੀ ਫਾਈਟ ਤਾਂ ਸਾਹਮਣੇ ਜਿਹੜਾ ਵੀ ਆਜੂਗਾ ਅਸੀਂ ਜਿੱਤਣਾ ਕਮਲ ਦਾ ਨਿਸ਼ਾਨ ਜਿੱਤੇਗਾ ਇਹ ਪੱਕੀ ਗੱਲ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਇਲੈਕਸ਼ਨਸ ਨੂੰ ਸਾਰੇ ਨੂੰ ਕਿਉਂਕਿ ਕਈ ਥਾਵਾਂ ਤੇ ਬੀਜੇਪੀ ਦਾ ਵਿਰੋਧ ਵੀ ਹੋ ਰਿਹਾ ਕਿਸਾਨਾਂ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਲਾਸਟ ਟਾਈਮ 'ਚ ਕਿਸਾਨਾਂ ਦੇ ਰਹੇ ਹੋ ਕੋਈ ਕਿਸਾਨਾਂ ਦਾ ਵਿਰੋਧ ਨਹੀਂ ਹੈ ਇਹ ਕਿਸਾਨ ਜਥੇਬੰਦੀਆਂ ਨੇ ਮੈਂ 1000 ਕਿਸਾਨ ਇਕੱਠਾ ਕਰ ਲਾਂ ਮੈਂ ਤੁਹਾਡਾ ਹਰ ਜਗ੍ਹਾ ਵਿਰੋਧ ਕਰਦੇ ਹਾਂ ਕਿਸਾਨਾਂ ਦਾ ਵਿਰੋਧ ਹੋ ਗਿਆ ਕਿਸਾਨ ਮੋਦੀ ਜੀ ਦੇ ਨਾਲ ਆ ਬੀਜੇਪੀ ਦੇ ਨਾਲ ਜੇ ਕਿਸਾਨ ਸਾਨੂੰ ਵੋਟ ਨਾ ਕਰਦਾ ਹੋਵੇ ਅਸੀਂ ਦੁਨੀਆਂ ਦਾ ਬੜਾ ਰਾਜਨੀਤਿਕ ਦਲ ਹੋਈਏ ਜੇ ਕਿਸਾਨ ਸਾਨੂੰ ਮਦਦ ਨਾ ਕਰਦਾ ਹੋਵੇ ਅਸੀਂ ਚੋਣਾਂ ਜਿੱਤੀਏ ਸਾਰੇ ਅਸੀਂ ਇਲੈਕਸ਼ਨਾਂ ਜਿੱਤ ਰਹੇ ਹਾਂ ਠੀਕ ਹੈ ਕਈ ਚੀਜ਼ਾਂ ਨੇ ਜਿਸ ਨੂੰ ਲੈ ਕੇ ਲਗਾਤਾਰ ਹਾਲਾਂਕਿ ਬੀਜੇਪੀ ਦਾ ਚੋਣ ਪ੍ਰਚਾਰ ਲਗਾਤਾਰ ਜਾਰੀ ਹੈ ਅੱਜ ਕਾਂਗਰਸ ਨੇ ਵੀ ਜਿਹੜੀ 4 ਸੀਟਾਂ ਦੇ ਮੇਨ ਸੀਟਾਂ ਸੀਗੀ ਰਾਜਾ ਵੜਿੰਗ ਨੂੰ ਲੈ ਕੇ ਗੱਲ ਕਰ ਲਈਏ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈ ਕੇ ਗੱਲ ਕਰ ਲਈਏ ਕਈ ਚੀਜ਼ਾਂ ਨੂੰ ਲੈ ਕੇ ਅੱਜ ਹੈਗੀ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦੇ ਖਿਲਾਫ਼ ਜ਼ਰੂਰ ਨਿਸ਼ਾਨਾ ਸਾਧਦੇ ਨਜ਼ਰ ਆਏ ਗਰੇਵਾਲ ਜੀ ਔਰ ਉਹਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਵੀ ਕਾਫ਼ੀ ਚੀਜ਼ਾਂ ਨੂੰ ਲੈ ਕੇ ਉਹ ਰਹੇਗੀ